ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਜਿਹੜੇ ਜੀ ਆਊਟ ਹੋਇਆ ਨੋਟੀਫਿਕੇਸ਼ਨ ਦੇ ਰਿਲੇਟਿਡ ਪੂਰੀ ਇਨਫੋਰਮੇਸ਼ਨ ਦਵਾਂਗਾ ਸੋ FCI ਦੇ ਵਿੱਚ ਜਿਹੜਾ ਜੀ ਉਹ ਪੰਜਾਬ ਦੀ ਵੈਕੈਂਸੀਜ਼ ਦੇ ਲਈ ਕਾਫੀ ਵੱਡਾ ਅਪਡੇਟ ਆਇਆ ਹੋਇਆ ਹੈ ਜਿਸ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮੈਂ ਅੱਜ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਬੈਲ ਆਈਕ ਅਪਲਾਈ ਕਰ ਪਾਉਗੇ ਕਿੱਦਾਂ ਅਪਲਾਈ ਕਰਨਾ ਹੈ ਜੀ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਇਨਫੋਰਮੇਸ਼ਨ ਦਵਾਂਗਾ ਸੋ ਬੈਸਟ ਹੈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰ ਦਿਓ ਤਾਂ ਕਿ ਜਿਹੜੇ ਬਾਕੀ ਕੈਂਡੀਡੇਟ ਨੇ ਉਹਨਾਂ ਤੱਕ ਵੀ ਇਸ ਅਪਡੇਟ ਦੇ ਬਾਰੇ ਵਿੱਚ ਪੂਰੀ ਇਨਫੋਰਮੇਸ਼ਨ ਪਹੁੰਚ ਸਕੇ ਤੇ ਉਹ ਵੀ ਇਹਦੇ ਲਈ ਅਪਲਾਈ ਕਰ ਸਕਣ ਤੇ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਸਾਡੀ ਵੈਬਸਾਈਟ google.com ਤੇ ਜਾਣਾ ਹੈ ਤੇ ਉੱਥੇ ਜਾ ਕੇ ਸਰਚ ਕਰਨਾ ਹੈ meetekarmy.xyz ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਵੇਗੀ ਉੱਥੋਂ ਸਾਰੇ ਜੋਬ ਰਿਲੇਟਿਡ ਅਪਡੇਟਸ ਤੁਸੀਂ ਲੈ ਸਕਦੇ ਹੋ ਤੇ ਚੈ ਉਹ ਲੈ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਲੇਕਿਨ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਇਸ ਭਰਤੀ ਦੇ ਬਾਰੇ ਵਿੱਚ ਸ਼ੇਅਰ ਕਰਦਾ ਹਾਂ ਜੀ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਭਾਰਤੀ ਖਾਦ ਨਿਗਮ ਜੋ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਹੀ ਜਿਹੜਾ ਜੀ ਉਹਨਾਂ ਨੇ ਲੈਟਰ ਜ ਸੈਕਿੰਡ 3rd ਤੇ 4th ਦੇ ਰਿਗਾਰਡਿੰਗ ਜਿਹੜਾ ਸੀਗਾ ਉਹ ਵੈਕੈਂਸੀਸ ਦੇ ਲਈ ਉਹਨਾਂ ਨੇ ਦਿੱਤਾ ਸੀਗਾ ਜਿਸ ਦੇ ਵਿੱਚ ਉਹਨਾਂ ਨੂੰ ਰਿਵਰਟ ਵਾਪਸ ਮਿਲਿਆ ਜਿਸ ਦੇ ਵਿੱਚ ਵੈਕੈਂਸੀਸ ਜਿਹੜੀਆਂ ਟੋਟਲ ਇਹਨਾਂ ਨੇ ਕਾਡਰ ਵਾਈਜ਼ ਵੀ ਕੱਢੀਆਂ ਹੋਈਆਂ ਨੇ ਜਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਡਿਪੋਰਟ ਕਾਡਰ ਦੀਆਂ ਤਿੰਨ ਵੈਕੈਂਸੀਸ ਨੇ ਜਨਰਲ ਦੀਆਂ 5 ਟੈਕਨੀਕਲ ਦੀਆਂ 16 ਅਕਾਊਂਟਸ ਦੀਆਂ 8 ਉਸ ਤੋਂ ਬਾਅਦ ਨੈਕਸਟ ਸਿਵਲ ਠੀਕ ਹੈ ਜੀ ईਐਨਐਮ ਹਿੰਦੀ ਟੋਟਲ ਵੈਕੈਂਸੀਜ਼ ਵੀ ਨੀਚੇ ਉਹਨਾਂ ਨੇ ਮੈਂਸ਼ਨ ਕੀਤੀਆਂ ਹੋਈਆਂ ਨੇ ਜੋ ਕਿ ਇਸ ਦੇ ਵਿੱਚ ਕੈਟਾਗਰੀ ਸੈਕੰਡ ਦੀਆਂ ਵੈਕੈਂਸੀਜ਼ ਹੋਣਗੀਆਂ ਇਸ ਦੇ ਵਿੱਚ ਇਹ ਵੈਕੈਂਸੀ ਜਿਹੜੇ ਨੇ ਆਊਟ ਹੋਣ ਜਾ ਰਹੀਆਂ ਨੇ ਉਸ ਤੋਂ ਬਾਅਦ ਸੈਕੰਡ ਗੱਲ ਕਰੀਏ ਕੈਟਾਗਰੀ 3 ਜਿਸ ਦੇ ਵਿੱਚ ਸਭ ਤੋਂ ਵੱਧ ਪੋਸਟਾਂ ਨੇ ਟੋਟਲ ਪੋਸਟਾਂ ਦੀ ਅਗਰ ਮੈਂ ਗੱਲ ਕਰਾਂ 2521 ਪੋਸਟਾਂ ਜਿਹੜੀਆਂ ਨੇ ਇਸ ਦੇ ਵਿੱਚ ਉਹ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਕੱਢੀਆਂ ਜਾਣੀਆਂ ਨੇ ਇਹ ਪੋਸਟਾਂ ਅਗਰ ਮੈਂ ਗੱਲ ਕਰਾਂ ਟੈਕਨੀਕਲ ਦੀਆਂ ਟੋਟਲ 581 ਪੋਸਟਾਂ ਨੇ ਜਨਰਲ ਦੀਆਂ 497 ਅਕਾਊਂਟ ਦੀਆਂ 168 ਡਿਪਾਰਟ ਦੀਆਂ 1178 ਜੇਈ ਦੀਆਂ 12 ਜੇਈ ਸਿਵਲ ਦੀਆਂ 32 ਟਾਈਪਿਸਟ ਹਿੰਦੀ ਦੀਆਂ 40 ਏਜੀ ਦੀਆਂ ਹਿੰਦੀ ਸਟੈਨੋਗ੍ਰੇਡ 2 ਦੀਆਂ ਚਾਰ ਵੈਕੈਂਸੀਸ ਨੇ ਇਸ ਦੇ ਵਿੱਚ ਜੋ ਕਿ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਕਨਸੋਲੀਡੇਟਡ ਵੈਕੈਂਸੀਸ ਹਨ ਨਹੀਂ ਕੱਢੀਆਂ ਨੇ ਉਸ ਤੋਂ ਬਾਅਦ ਗੱਲ ਕਰਾਂ ਜਿਹੜੀ ਹੈ ਕਿ ਕੈਟਾਗਰੀ 4th ਦੀਆਂ ਵੈਕੈਂਸੀਸ ਨੇ ਜਿਸ ਦੇ ਵਿੱਚ ਅਗਰ ਟੋਟਲ ਵੈਕੈਂਸੀਸ ਗੱਲ ਕਰਾਂ 2154 ਵੈਕੈਂਸੀ ਜਿਹੜੀਆਂ ਨੇ ਉਹ ਕੱਢੀਆਂ ਜਾਣੀਆਂ ਨੇ ਇਸ ਦੇ ਵਿੱਚ ਟੋਟਲ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਠੀਕ ਹੈ ਜੀ ਕਿਹੜੀਆਂ ਵੈਕੈਂਸੀਜ਼ ਹੋਣਗੀਆਂ ਜੋ ਕਿ ਵਾਚਮੈਨ ਦੀਆਂ ਨੇ ਪੰਜਾਬ ਦੀ 860 ਪੋਸਟਾਂ ਜਿਹੜੀਆਂ ਨੇ ਇਸ ਦੇ ਵਿੱਚ ਉਹ ਜਾਰੀ ਕੀਤੀਆਂ ਜਾਣਗੀਆਂ ਤੇ ਟੋਟਲ ਅਗਰ ਅਸੀਂ ਗੱਲ ਕਰੀਏ ਇਸ ਦੇ ਵਿੱਚ ਤੁਹਾਨੂੰ ਜਿੰਦਾ ਮੈਂ ਦੱਸਿਆ 2100 ਪੋਸਟਾਂ ਨੇ ਠੀਕ ਹੈ ਜੀ ਔਰ ਇਹਦੇ ਵਿੱਚ 8th 10th ਅਤੇ 12th ਵਾਲੇ ਕੈਂਡੀਡੇਟ ਜਿਹੜੇ ਹੋਣਗੇ ਜੀ ਉਹ ਐਲੀਜੀਬਲ ਹੋਣਗੇ ਤੇ ਅਪਲਾਈ ਇਹਦੇ ਵਿੱਚ ਕਰ ਪਾਣਗੇ ਸਿਰਫ ਵੈਕੈਂਸੀਸ ਪੰਜਾਬ ਦੀਆਂ ਤੇ 올ਓਵਰ ਇੰਡੀਆ ਦੀਆਂ ਨੇ इवन ਕਿ ਤੁਸੀਂ 올ਓਵਰ ਇੰਡੀਆ ਕਿਤੋਂ ਵੀ ਬਿਲੋਂਗ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਜਿਹੜਾ ਜੀ ਉਹ ਕਰ ਪਾਉਗੇ ਇਹ ਜਿਹੜਾ ਜੀ ਲੈਟਰ ਉਹਨਾਂ ਨੇ ਜਾਰੀ ਕੀਤਾ ਜਿਹੜੀਆਂ ਭਰਤੀਆਂ ਆਣੀਆਂ ਨੇ ਜਿਹੜਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈ ਕੈਟਾਗਰੀ 3 ਫੋਰ ਅਦਰ ਸਕੈਂਡ ਯਰ ਵੈਕੈਂਸੀਸ ਨੇ ਜੋ ਕਿ ਅਲੱਗ-ਅਲੱਗ ਨੇ ਟੋਟਲ ਵੈਕੈਂਸੀਸ ਦੀ ਗੱਲ ਕਰਤਾ 4000 ਤੋਂ ਵੀ ਮਤਲਬ 5000 ਦੇ ਲਾ ਕੇ ਬੰਨੇ ਵੈਕੈਂਸੀ ਜਿਹੜੀਆਂ ਨੇ ਟੋਟਲ ਆਊਟ ਹੋਣੀਆਂ ਨੇ ਇਸ ਦੇ ਵਿੱਚ ਸੋ ਜਦੋਂ ਪੂਰਾ ਨੋਟੀਫਿਕੇਸ਼ਨ ਆਏਗਾ ਮੈਂ ਇਹ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗਾ ਇਹ ਲੈਟਰ ਉਹਨਾਂ ਨੇ ਜਾਰੀ ਕਰ ਦਿੱਤਾ ਹੈ ਨੈਕਸਟ ਵੀਕ ਤੱਕ ਇਹਦੀਆਂ ਜਿਹੜੀਆਂ ਨੇ ਮਤਲਬ ਤੁਹਾਨੂੰ ਚਾਂਸਸ ਪੂਰੇ ਨੇ ਕਿ ਤੁਹਾਨੂੰ ਲੈਟਰ ਜਿਹੜਾ ਫੁੱਲ ਫਲੈਜ ਨੋਟੀਫਿਕੇਸ਼ਨ ਇਹਦਾ ਵੀ ਵੇਖਣ ਨੂੰ ਮਿਲ ਜਾਵੇਗਾ ਸੋ ਇਹ 올 ਇੰਡੀਆ ਤੋਂ ਵੈਕੈਂਸੀਸ ਨੇ ਜੀ ਐਫਸੀਆਈ ਦੀਆਂ ਸੋ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰਨਾ ਹੈ ਵੀਡੀਓ ਨੂੰ ਆਪਣੇ ਫ ਮੈ ਤੁਹਾਨੂੰ ਲਈ ਇਸੇ ਤਰ੍ਹਾਂ ਨਵੇਂ ਨਵੇਂ ਜੌਬ ਅਪਡੇਟ ਲੈ ਕੇ ਆਉਂਦਾ ਹੀ ਰਵਾਂਗਾ ਸੋ ਇਹ ਸੀ ਗੱਲ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ